ਤੁਰੇਗਲ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਜੀਐਸ ਅਪਡੇਟਸ ਵਿੱਚ ਬਹੁਤ ਬਹੁਤ ਸਵਾਗਤ ਹੈ ਸੋ ਜਿਸ ਵੀਡੀਓ ਤੋਂ ਵਿਦਿਆਰਥੀ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਵੀਡੀਓ ਵਿੱਚ ਤੁਹਾਡੇ ਲੈ ਕੇ ਹਾਜ਼ਰ ਹਾਂ ਸੋਚ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਜਮਾਤ 8ਵੀਂ ਦੇ ਇੰਗਲਿਸ਼ ਪੇਪਰ ਨੂੰ ਲੈ ਕੇ ਪੂਰੀ ਜਾਣਕਾਰੀ ਦਵਾਂਗਾ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਸਿਰੂ ਦੇਖਣਾ ਅਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਉਸੇ ਢੋਲੀ ਐਜੂਕੇਸ਼ਨ ਦੇ ਡਿਡ ਵੀਡੀਓਜ਼ ਤੇ ਅਪਡੇਟਸ ਲੈ ਕੇ ਅਨ ਰਹਿਣੇ ਹਾਂ ਅਤੇ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਹੋਵੇ ਤੁਸੀਂ ਮੈਨੂੰ ਕਮ GS ਅਪਡੇਟਸ ਨਾਲ ਦੇ ਇੰਸਟਾਗ੍ਰam ਦੀ ਆਈਡੀ ਹੈ ਹੁ ਤਾਂ ਮੈਨੂੰ ਫੋਲੋ ਕਰ ਸਕਦੇ ਹੋ ਨਾਲ ਹੀ ਜੇਕਰ ਤੁਹਾਡੇ ਕੋਈ ਸਵਾਲ ਹੋ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਸੋ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਸੋ ਜਿਵੇਂ ਕੱਲ ਜਮਾਤ 8ਵੀਂ ਦਾ ਇੰਗਲਿਸ਼ ਦਾ ਪੇਪਰ ਹੈ ਤੇ ਵਿਦਿਆਰਥੀ ਲਗਾਤਾਰ ਕਮੈਂਟ ਕਰਕੇ ਕਹਿ ਰਹੇ ਸੀ ਕਿ ਸੈਂਪਲ ਪੇਪਰ ਅਪਲੋਡ ਕਰੋ ਤੇ ਕੁਐਸਚਨ ਪੇਪਰ ਸਟਰਕਚਰ ਦੋਸਤੋ ਸੋ ਇਸ ਵੀਡੀਓ ਵਿੱਚ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ ਇਹ ਹੈ ਜਮਾਤ 8ਵੀਂ ਦਾ ਇੰਗਲਿਸ਼ ਦਾ ਸੈਂਪਲ ਪੇਪਰ ਸਮਤਨ 3 ਘੰਟੇ ਦੇ ਦਿੱਤਾ ਜਾਵੇਗਾ ਟੋਟਲ 80 ਮਾਰਕਸ ਦਾ ਤੁਹਾਡਾ ਪੇਪਰ ਹੋਵੇਗਾ ਸੋ ਇਹ ਸਾਰਾ ਸੈਂਪਲ ਪੇਪਰ ਤੁਸੀਂ ਨਾਲ-ਨਾਲ ਸੋਲਵ ਵੀ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਤੁਹਾਡੀ ਐਗਜ਼ਾਮ ਉਸੇ ਕਿੰਨੀ ਤਿਆਰੀ ਹੋ ਚੁੱਕੀ ਹੈ ਤੇ ਇਹ ਕੁਝ ਇੰਪੋਰਟੈਂਟ ਕੁਐਸਚਨ ਜਿਹਨਾਂ ਚ ਕੋਈ ਨਾ ਕੋਈ ਕੁਐਸਚਨ ਜੋ ਹੈ डाउनलोड बच्चों आप किसी भी क्वेश्चन में अटक गए हो या फिर आपसे वो क्वेश्चन सोल्व नहीं हो पा रहा है तो बस आपको उस क्वेश्चन का फोटो लेना है क्वेश्चन को क्रॉप करना है और पांच सेकंड के अंदर अंदर, अंदर आपको उस क्वेश्चन का वीडियो सोलूशन मिल जाएगा फिर चाहे आपका क्वेश्चन होमवर्क का हो सीबीएसई यूपी बिहार महाराष्ट्र राजस्थान एमपी या किसी भी स्टेट बोर्ड का हो चाहे आईआईटी आई जेई नीट या क्लास से लेकर बारवी तक का कोई भी क्वेश्चन हो इन सब का जवाब मिलेगा आपको डाउनलोड पर या फिर कोई भी सब्जेक्ट हो फिजिक्स केमिस्ट्री मैथ्स बायोलॉजी आपके सभी सवालों के जवाब मिलेंगे डाउनलोड एप पर ਸਾਥੀ ਡਾਊਨਲੋਡ ਪਰ ਕਲਾਸ 9ਵੀਂ ਸੇ ਲੈ ਕੇ 12ਵੀਂ ਤੱਕ ਦੇ ਬੱਚੋ ਕੇ ਲਈ ਚੱਲ ਰਹੀਆਂ ਲਾਈਵ ਕਲਾਸਿਸ ਇੰਗਲਿਸ਼ ਔਰ ਹਿੰਦੀ ਮੀਡੀਆ ਮੇ ਯਾਨੀ ਅਬ ਪੂਰੀ ਪੜਾਈ ਹੋਗੀ ਡਾਊਨਲੋਡ ਐਪ ਪਰ 3 ਕਰੋੜ ਸੇ ਜ਼ਿਆਦਾ ਬੱਚੇ ਡਾਊਨਲੋਡ ਐਪ ਪਰ ਪੜਾਈ ਕਰ ਰਹੇ ਹਨ ਸੋ ਆਪ ਵੀ ਜਲਦੀ ਜਾਈਏ ਔਰ ਡਾਊਨਲੋਡ ਕੀਜੀਏ ਡਾਊਨਲੋਡ ਐਪ ਉਹ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਲੇਟੈਸਟ ਪੈਟਰਨ ਦੇ ਅਕੋਰਡਿੰਗ ਇਹ ਸੈਂਪਲ ਪੇਪਰ ਹੈ ਬਿਲਕੁਲ ਇਸੇ ਪੈਟਰਨ ਦੇ ਅਕੋਰਡਿੰਗ ਤੁਹਾਡਾ ਕੁਐਸਚਨ ਪੇਪਰ ਸੈੱਟ ਕੀਤਾ ਜਾਵੇਗਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਇਸੇ ਤ ਇਹ ਕੁਝ ਇੰਪੋਰਟੈਂਟ ਕੁਐਸ਼ਨ ਜਿਹਨ ਜੋ ਕੋਈ ਕੁਐਸ਼ਨ ਜੋ ਹੈ ਉਹ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ਉਸੋ ਸਾਰੇ ਕੁਐਸ਼ਨ ਜੋ ਹਨ ਉਹ ਸੋਲਵ ਕਰਕੇ ਜ਼ਰੂਰ ਦੇਖਣਾ ਅਤੇ ਇਜ਼ੀ ਰਿਗਾਰਡਿੰਗ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਪੁੱਛ ਸਕਦੇ ਹੋ ਜੀ ਐਸ ਅਪਡੇਟਸ ਨਾਲ ਆਪਣੇ ਇੰਸਟਾਗ੍ਰਾਮ ਦੀ ਆਈਡੀ ਹੈ ਤੁਹਾਨੂੰ ਮੈਂ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗਾ ਤੇ ਕੱਲ ਤੁਹਾਡੇ ਜਿਵੇਂ ਕਿ ਪੇਪਰ ਹੈ ਬਿਲਕੁਲ ਇਸੇ ਤੇ ਅਕੋਰਡਿੰਗ ਤੁਹਾਡਾ ਕੁਐਸ਼ਨ ਪੇਪਰ ਸੈੱਟ ਕੀਤਾ ਜਾਵੇਗਾ ਵਿਦਿਆਰਥੀਆਂ ਨੇ ਲਗਾਤਾਰ ਕਮੈਂਟ ਆ ਰਹੇ ਸੀ ਜਮਾਤ 8 ਦੇ ਵਿਦਿਆਰਥੀਆਂ ਦੇ ਕਿ ਇੰਗਲਿਸ਼ ਦਾ ਪੇਪਰ ਅਪਲੋਡ ਕਰੋ ਇੰਗਲ ਸੋ ਇੰਗਲਿਸ਼ ਆ ਫਾਈਨਲੀ ਮੈਂ ਸੈਂਪਲ ਪੇਪਰ ਲੈ ਕੇ ਹਾਜ਼ਰ ਹਾਂ ਤੁਸੀਂ ਇੱਥੋਂ ਆਪਣੇ ਸਾਰੇ ਡਾਊਟ ਜਿਹਨਾਂ ਨੂੰ ਕਲੀਅਰ ਕਰ ਸਕਦੇ ਹੋ ਸੋ ਉਮੀਦ ਕਰਦਾ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਉਹ ਤੁਹਾਡੇ ਸਾਰੇ ਸਵਾਲਾਂ ਜੋ ਆਪ ਜਰੂਰ ਦਵਾਂਗਾ ਨਾਲ ਹੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਵੀ ਬਿਆਰ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ ਤੇ ਫਾਈ ਮੈਂ ਤੁਹਾਨੂੰ ਗੁੱਡ ਹੈਂਡ ਰਾਈਟਿੰਗ ਦੇ ਦਿੱਤੇ ਜਾਣਗੇ ਸੋ ਆਪਣੀ ਲਿਖਾਈ ਬਿਲਕੁਲ ਸੁੰਦਰ ਰੱਖਣਾ ਐਗਜ਼ਾਮ ਦੇ ਵਿੱਚ ਤੁਹਾਨੂੰ ਪੰਜ ਨੰਬਰ ਆਸਾਨ ਨਾਲ ਮਿਲ ਜਾਣ ਸੋ ਮਿਲਦੇ ਹਾਂ ਨੈਕਸਟ ਵੀਡੀ